ਉੱਤੇ ਬਰਿਆਨ ਸਿੰਘ ਸੰਧੂ ਜੀ ਹੋਰੀ ਇੱਕ ਅਹਿਮ ਨੁਕਤੇ ਦੇ ਉੱਤੇ ਅੱਜ ਸ਼ਹੀਦ ਮੇਵਾ ਸਿੰਘ ਬਾਰੇ ਗੱਲਬਾਤ ਕਰਨਗੇ ਜਿਹੜੀ ਸਾਡੇ ਸਾਰਿਆਂ ਦੀ ਲਈ ਧਿਆਨ ਦੀ ਜਿਹੜੀ ਮੰਗ ਕਰਦੀ ਹੈ। ਜੋਗਿੰਦਰ ਕਲਸੀ ਹੋਰਾਂ ਨੇ ਇੱਕ ਡਾਕੂਮੈਂਟਰੀ ਤਿਆਰ ਕੀਤੀ ਹੈ ਕੋਈ 50 ਮਿੰਟ ਦੀ, ਉਹ ਸਾਂਝੀ ਕੀਤੀ ਜਾਵੇਗੀ ਸਾਰਿਆਂ ਦੇ ਨਾਲ। ਇਸ ਤੋਂ ਇਲਾਵਾ ਜਿਹੜੇ ਉਹਨਾਂ ਦੇ ਬਾਰੇ ਵਿਚਾਰ ਵੀ ਜਿਹੜੇ ਆ ਅਸੀਂ ਪੇਸ਼ ਕਰਾਂਗੇ। ਜੋਗਿੰਦਰ ਕਲਸੀ ਹੋਰਾਂ ਬਾਰੇ ਮੈਂ ਦੱਸ ਦਿਆਂ ਕਿ ਇਹ ਇਹਨਾਂ ਦੀ ਕੋਈ ਪਹਿਲੀ ਡਾਕੂਮੈਂਟਰੀ ਨਹੀਂ ਹੈ, ਇਸ ਤੋਂ ਪਹਿਲਾਂ ਵੀ ਇਹਨਾਂ ਨੇ ਕਾਫੀ ਡਾਕੂਮੈਂਟਰੀਜ਼ ਬਣਾਈਆਂ ਨੇ, ਬਹੁਤ ਅੱਛੀਆਂ ਡਾਕੂਮੈਂਟਰੀਜ਼ ਨੇ। ਇਹਨਾਂ ਵਿੱਚੋਂ ਜਿਹੜੀਆਂ ਸੀਗੀਆਂ ਇਹਨਾਂ ਦੀ ਕੁਛ ਧਾਰਮਿਕ ਨੇ, ਇੱਕ ਤਾਂ ਸਾਡੀ ਸੱਭਿਆਚਾਰਕ ਜਿਹੜੀ ਕਿ ਵੈਡਿੰਗ ਸੈਰੇਮਨੀ ਜਿਹੜੀ ਆ ਸਾਡੀ ਪੰਜਾਬ ਦੀ ਜਿਹੜੀ ਆ ਵੈਡਿੰਗ ਸੈਰੇਮਨੀ ਕਿ ਵਿਆਹ ਕਿਸ ਤਰ੍ਹਾਂ ਹੁੰਦੇ ਨੇ ਉਸ ਦੇ ਉੱਤੇ ਡਾਕੂਮੈਂਟਰੀ ਸੀ, ਇੱਕ ਖਾਲਸਾ ਦੂਸਰੀ ਗੁਰੂ ਗ੍ਰੰਥ ਸਾਹਿਬ, ਤੀਸਰੀ ਜਿਹੜੀ ਸੀ ਪੰਜਾਬ ਦਾ ਇੱਕ ਪਿੰਡ ਅੰਮ੍ਰਿਤਸਰ ਸ਼ਹਿਰ ਰਮਤਾ ਹੋਰਾਂ ਤੇ ਇਹਨਾਂ ਨੇ ਪਿਛਲੇ ਦਿਨ ਇੱਕ ਡਾਕੂਮੈਂਟਰੀ ਬਣਾਈ ਸੀ, ਬੜੀ ਅੱਛੀ ਜਿਹੜੀ ਉਹ ਵਧੀਆ ਜਿਹੜੀ ਆ ਕੁਆਲਿਟੀ ਦੀ ਬਣਾਈ ਸੀ। ਔਰ ਅੱਜ ਵੀ ਤੁਸੀਂ ਦੇਖੋਗੇ ਕਿ ਕਿੰਨੇ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਬਿਨਾਂ ਕਿਸੇ ਜਿਹੜਾ ਮੁਨਾਫੇ ਦੀ ਆਸ ਤੇ ਜਿਹੜਾ ਆਪਣੀ ਲਗਨ ਦੇ ਨਾਲ ਜਿਹੜਾ ਕੰਮ ਕਰ ਰਹੇ ਨੇ, ਤੁਸੀਂ ਦੇਖੋਗੇ ਉਸਦੀ ਮਿਸਾਲ ਕਿ ਕਿੰਨਾ ਵਧੀਆ ਤਰੀਕੇ ਦੇ ਨਾਲ ਇੱਕ ਤੋਂ ਬਾਅਦ ਇੱਕ ਡਾਕੂਮੈਂਟਰੀ ਬਣਾਉਣੀ ਇਹ ਕੋਈ ਇੰਨਾ ਸੌਖਾ ਕੰਮ ਨਹੀਂ ਹੈ। ਜਿਸ ਤਰ੍ਹਾਂ ਲੇਖਕ ਦੋਸਤਾਂ ਦੇ ਲਈ ਇੱਕ ਕਿਤਾਬ ਛਕਵਾਉਣੀ, ਛਕਵਾ ਕੇ ਮੁੜ ਕੇ ਫ੍ਰੀ ਵਿੱਚ ਵੰਡਣਾ ਕਾਫੀ ਮੁਸ਼ਕਲ ਹੋ ਜਾਂਦਾ ਹੈ। ਕਿਤਾਬ ਤੋਂ ਬਾਅਦ ਬੰਦੇ ਨੂੰ ਪਤਾ ਲੱਗ ਜਾਂਦਾ ਕਿ ਯਾਰ ਇਹ ਕਿਤਾਬਾਂ ਛਕਵਾਉਣਾ ਮੇਰੇ ਵੱਸ ਦਾ ਰੋਗ ਨਹੀਂ ਹੈ, ਜਦੋਂ ਤੁਹਾਨੂੰ ਪੱਲਿਓਂ ਦੇ ਕੇ ਕੰਮ ਕਰਾਉਣਾ ਪੈਂਦਾ ਹੈ। ਉਹ ਜਿਸੇ ਦੇ ਬਾਵਜੂਦ ਵੀ ਤੁਸੀਂ ਆਪਣੇ ਨਿੱਜੇ ਘਰਾਂ ਤੋਂ ਇੱਥੇ ਆਏ ਸਾਰਿਆਂ ਦਾ ਨਿੱਕਾ ਜਿਹਾ ਹੈ। ਕਲਸੀ ਭਾਈ ਸਾਹਿਬ ਨਾਲ ਗੁਰਪ੍ਰੀਤ ਸਾਹਿਬ ਤੋਂ ਮੇਰੀ ਸਾਂਝ ਹੈ। ਇਹਨਾਂ 35 ਸਾਲਾਂ 'ਚ ਜੋ ਵੀ ਕ੍ਰੀਏਟਿਵ ਮੇਰੇ 'ਚ ਵੀ ਹੋਇਆ ਪ੍ਰੋਗਰਾਮਾਂ ਸੰਬੰਧੀ, ਉਹ ਵੀ ਇਹਨਾਂ ਦੀ ਦੇਣ, ਕਿਉਂਕਿ ਵਿਜ਼ਨ ਦਾ ਪੰਜਾਬ ਮੇਰਾ ਨਹੀਂ, ਇਸ ਬੰਦੇ ਦਾ ਸੁਪਨਾ ਸੀ। ਆਲ ਹੀ ਨੀਡ ਵਾਸ ਸੰਬੜੀ ਟੂ ਐਜ਼ ਐਨ ਅਨਾਊਂਸਰ। ਇਹਨਾਂ ਨੇ ਫਿਰ ਮੇਰੇ ਨਾਲ ਤਾਲਮੇਲ ਕੀਤਾ। ਹੁਣੇ ਪਿਛਲੇ ਕਈ ਸਾਲਾਂ ਤੋਂ ਕੁਛ ਨੌਕਰੀ ਦੀ ਵਜ੍ਹਾ ਨਾਲ ਕੁਛ ਉਦੋਂ ਹੀ ਬਾਹਰ ਚਲੇ ਜਾਂਦੇ, ਬਟ ਸਟਿਲ ਇਜ਼ ਦੇ, ਹਮੇਸ਼ਾ ਇਹਨਾਂ ਸਾਥ। ਤੋ ਜਿਵੇਂ ਖਹਿਰਾ ਸਾਹਿਬ ਨੇ ਵੇਰਵਾ ਦਿੱਤਾ ਡਾਕੂਮੈਂਟਰੀ ਦਾ, ਇਹ ਵਲਵਲਾ ਮੇਰੇ ਖਿਆਲ ਕਲਸੀ ਸਾਹਿਬ ਦਾ ਇੰਗਲੈਂਡ ਤੋਂ ਚੱਲਦਾ ਰਿਹਾ। ਉਦੋਂ ਵੀਡੀਓ ਕੈਮਰੇ ਨਹੀਂ ਸੀ ਹੁੰਦੇ, ਉਦੋਂ 8mm ਕੈਮਰੇ ਨੇ ਇਹਨਾਂ ਬੜਾ ਕੁਛ ਸ਼ੂਟ ਕੀਤਾ। ਸੋ ਇਹ ਇਹਨਾਂ ਦਾ ਪੈਸ਼ਨ ਹੈ ਜਿਹੜਾ ਕਿ ਅੱਜ ਤੱਕ ਵੀ ਬਰਕਰਾਰ ਹੈ। 35 ਸਾਲਾਂ 'ਚ ਮੇਰਾ ਖਿਆਲ ਕੋਈ ਮਿੰਟ ਜਾਂ ਕੁਛ ਨਹੀਂ ਹੋਏਗਾ ਜਦੋਂ ਕਿ ਅਸੀਂ ਇਹ ਨਾ ਮਹਿਸੂਸ ਕੀਤਾ ਹੋਵੇ ਕਿ ਅਸੀਂ ਦੂਸਰੇ 'ਚ ਪ੍ਰਵੇਸ਼ ਕਰ ਸਕਦੇ ਹਾਂ। ਮੇਰੇ ਲਈ ਮਾਣ ਦੀ ਗੱਲ ਹੈ ਕਿ ਜਦ ਕਦੀ ਵੀ ਇਹਨਾਂ ਦੇ ਕੰਮ ਦੀ ਆਲੋਚਨਾ ਮੈਂ ਕੀਤੀ ਆ, ਇਹਨਾਂ ਨੇ ਬਹੁਤ ਗਿਣਤੀ ਸਵੀਕਾਰ ਵੀ ਕਰ ਲਈ, ਕਿਉਂਕਿ ਮੇਰੀ ਆਲੋਚਨਾ ਯਾਰਾਂ ਦੀ ਆਲੋਚਨਾ ਭਾਈ ਨੇ। ਤੋ ਜੋ ਵੀ ਪਿਛਲੇ ਸਾਲਾਂ 'ਚ ਵੀ ਹੋਇਆ ਉਦੋਂ ਵੀ ਮੈਂ ਇਹਨਾਂ ਦੇ ਨਾਲ ਸਾਂ। ਮੈਨੂੰ ਬੜੀ ਖੁਸ਼ੀ ਹੈ ਕਿ ਜਿਹੜਾ ਰਾਮਪੁਰ ਸਾਹਿਬ ਦਾ ਪ੍ਰੋਜੈਕਟ ਸੀ, ਕਈ ਸਾਲ ਹੋ ਗਏ ਇਹਨਾਂ ਨੇ ਕਿਹਾ ਸੀ, ਉਹ ਵਿੱਚ ਅਧੂਰਾ ਲਟਕਿਆ ਸੀ, ਅਤੇ ਹੁਣ ਸਮਾਂ ਕੱਢ ਕੇ ਇਹਨਾਂ ਨੇ ਪੂਰਾ ਕਰ ਦਿੱਤਾ। ਮੈਂ ਦੁਰਾਹੇ ਤੋਂ 3 ਕੁ ਮੀਲ ਦੀ ਵਿੱਥ ਹੈ ਪਿੰਡ ਜਸਪਾਲੋਂ, 2 ਸਾਲ ਉੱਥੇ ਰਿਹਾ ਮੈਂ, 9ਵੀਂ 10ਵੀਂ ਉੱਥੇ ਕੀਤੀ, ਅਤੇ 3 ਕੁ ਮੀਲ ਦੀ ਵਿੱਥ ਮੈਂ ਕਿਹਾ ਰਾਮਪੁਰ ਦੁਰਾਹੇ ਤੋਂ, ਮੈਂ ਗਲਤ ਨਾ ਹੋਵਾਂ, ਨਹਿਰ ਦੇ ਕੰਢੇ। ਅਤੇ ਜਿੰਨੇ ਵੀ ਇਹ ਰਾਮਪੁਰੀ ਸਾਹਿਬ ਹੋਏ ਨੇ ਸੀਨੀਅਰ, ਪਰਟੀਕੁਲਰਲੀ ਸੁਰਜੀਤ ਜੀ, ਗੁਰਚਰਨ ਜੀ, ਇਹ ਵੀ ਉਸੇ ਸਕੂਲ ਪੜ੍ਹੇ। ਅਤੇ ਮੈਨੂੰ ਇਹ ਵੀ ਪਤਾ ਕਿ ਜਦੋਂ ਮੈਂ 60 'ਚ ਉੱਥੇ ਗਿਆ ਤਾਂ ਮੈਨੂੰ ਸ਼ਾਇਰੀ ਦੀ ਕਵਿਤਾ ਦਾ ਸ਼ੌਕ ਪੜ੍ਹਨ ਦਾ ਸੀ, ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਰਾਮਪੁਰੀ ਸਾਹਿਬ ਕੌਣ, ਉੱਥੇ ਰਹਿੰਦੇ ਇਹਨਾਂ ਬਾਰੇ ਗਿਆਨ ਹੋਇਆ। ਮੈਂ ਸਮਝਦਾ ਜੇ ਮੇਰੇ 'ਚ ਵੀ ਕੁਛ ਆਰਟ ਪੰਜਾਬੀ ਲਈ ਕੋਈ ਵਲਵਲਾ ਜਾਗਿਆ, ਉਸ ਨਹਿਰ ਸਰਹੰਦ ਦਿਓਰੀ ਦੇ ਰਾਮਪੁਰ ਲਿਖਾਰੀ ਸਭਾ ਦੇ ਬਾਨੀਆਂ 'ਚ ਸੁਰਜੀਤ ਰਾਮਪੁਰੀ ਉਹਨਾਂ ਨੂੰ ਕਿਹਾ ਜਾਂਦਾ। ਉਹਨਾਂ ਦਾ ਇੱਕ ਸ਼ੇਰ ਹੈ ਕਿ ਜਿਹੜਾ ਪਾਣੀ ਪੀਂਦਾ ਸ਼ਾਇਰ ਬਣ ਜਾਂਦਾ, ਕਿੰਨੀਆਂ ਸਖ਼ਤ ਸਜ਼ਾਵਾਂ ਮੇਰੇ ਪਿੰਡ ਨੇ। ਤਾਂ ਉਹ ਗਾਣਾ ਨੂੰ ਅਸੀਂ ਸੁਖਮਿੰਦਰ ਜੀ ਤਾਂ ਦੱਸਣਗੇ, ਅਸੀਂ ਇਹਨਾਂ ਦੇ ਪਿੰਡ ਜਾ ਕੇ ਸ਼ੂਟ ਕੀਤਾ ਛੋਟੇ ਜਿਹੇ ਕੈਮਰੇ ਨਾਲ। ਘੁੰਗਟ ਵਰਗੀਆਂ ਛਾਵਾਂ ਮੇਰੇ ਪਿੰਡ ਦੀਆਂ, ਝੂਮਣ ਮਸਤ ਹਵਾਵਾਂ ਮੇਰੇ ਪਿੰਡ ਦੀਆਂ, ਜਿਹੜਾ ਪਾਣੀ ਪੀਂਦਾ ਸ਼ਾਇਰ ਬਣ ਜਾਂਦਾ, ਕਿੰਨੀਆਂ ਸਖ਼ਤ ਸਜ਼ਾਵਾਂ ਮੇਰੇ ਪਿੰਡ ਦੀਆਂ। ਸ਼ਾਇਰੀ ਜਾਂ ਅਖ਼ਬਾਰ 'ਤੇ ਕੁਛ ਵੀ ਲਿਖਣਾ ਬੜਾ ਔਖਾ ਕੰਮ ਹੈ, ਅਤੇ ਇਸ ਪਿੰਡ ਨੂੰ ਵਰਦਾਨ ਹੈ ਕਿ ਇੱਥੇ ਬਹੁਤ ਗਿਣਤੀ ਕੋਈ ਕਹਾਣੀ ਲਿਖਦਾ, ਕੋਈ ਕਵਿਤਾ ਲਿਖਦਾ, ਸਾਰੇ ਇਸ ਪਾਸੇ ਜੁੜੇ ਨੇ। ਰਾਮਪੁਰੀ ਸਾਹਿਬ ਨਾਲ ਮੇਰੀ ਹਿੰਦੁਸਤਾਨ 'ਚ ਮੁਲਾਕਾਤ ਨਹੀਂ ਸੀ ਹੋਈ, ਪਰ ਜਦੋਂ 79 'ਚ ਮੈਂ ਜਗਜੀਤ ਦੇ ਜਿੰਦਰਾ ਸਿੰਘ ਦਾ ਪਹਿਲੀ ਵਾਰੀ ਸ਼ੋਗਨ ਵੈਨਕੂਵਰ ਗਿਆ ਤਾਂ ਉਹ ਮੈਨੂੰ ਸੁਭਾਵਿਕ ਹਾਲ 'ਚ ਮਿਲੇ। ਮੈਂ ਉਹਨਾਂ ਨੂੰ ਪਛਾਣਿਆ ਨਹੀਂ, ਉਹਨਾਂ ਨੇ ਆਪਣੇ ਆਪ ਨੂੰ ਮੈਨੂੰ ਇੰਟਰੋਡਿਊਸ ਕੀਤਾ ਅਤੇ ਮੈਂ ਬੜਾ ਤਬਾਕ ਨਾਲ ਮਿਲਿਆ, ਕਿਉਂਕਿ ਮੇਰੀ ਬੜੀ ਇੱਛਾ ਸੀ ਕਿ ਮੈਂ ਉਹਨਾਂ ਨੂੰ ਜਾਣਾ।
ਤੋ ਉਹ ਤੋਂ ਲੈ ਕੇ ਹੁਣ ਤੱਕ ਹੀ ਇਜ਼ ਬੀਨ ਪਾਰਟ ਆਫ ਮਾਈ ਲਾਈਫ ਮੇਰੇ ਲਿਖਣ ਬੋਲਣ ਬਹਿਣ ਮੇਰੇ ਪ੍ਰੋਗਰਾਮ ਦੀ ਆਲੋਚਨਾ ਸੰਬੰਧੀ ਹਰ ਹਫ਼ਤੇ ਉਹਦਾ ਫੋਨ ਆਉਂਦਾ ਖਾਸ ਗੱਲ ਇਹ ਹੈ ਕਿ ਸ਼ਬਦਾਂ ਦੇ ਸ਼ੁੱਧ ਉਚਾਰਨ 'ਤੇ ਬੜਾ ਜ਼ੋਰ ਦਿੰਦੇ ਨੇ ਜੱਜੇ ਦੇ ਪੈਰ ਬਿੰਦੀ ਕਿੱਥੇ ਪਾਉਣੀ ਆ ਕਿਤੇ ਨਹੀਂ ਪਾਉਣੀ ਜੇ ਤੁਸੀਂ ਕੋਈ ਗਲਤ ਵੀ ਕਰਦੇ ਪਰ ਯਾਦ ਹੈ ਪੰਜ ਛੇ ਸਾਲ ਹੋਏ ਉਹ ਚਿੱਠੀ ਵੀ ਲਿਖ ਕੇ ਘੱਲ ਦਿੰਦੇ ਨੇ ਕਿ ਸ਼ਬਦ ਮੁਸ਼ਕਲਾਂ ਪਲੂਰਲ ਹੈ ਮੁਸ਼ਕਲਾਤਾਂ ਸ਼ਬਦ ਨਹੀਂ ਹੁੰਦਾ ਖਬਰਦਾਰ ਜੇ ਤੂੰ ਅੱਗੇ ਦੇ ਵਰਤੇ ਆ ਇਹੋ ਜਿਹੇ ਸੁਹਿਰਦ ਮਿੱਤਰ ਜ਼ਿੰਦਗੀ 'ਚ ਟਾਵੇਂ ਹੁੰਦੇ ਨੇ ਜੋ ਚਿਰ ਸਾਨੂੰ ਚੰਗੀ ਸੇਧ ਦਿੰਦੇ ਮੈਨੂੰ ਬੜੀ ਖੁਸ਼ੀ ਹੈ ਦੇ ਜੀਵਨ ਉੱਤੇ ਕਲਸੀ ਭਾਅ ਜੀ ਨੇ ਬੜੀ ਮਿਹਨਤ ਨੇ ਫਿਰ ਤਿਆਰ ਕਰੀ ਉਹ ਦੇਖਾਂਗੇ ਤੋ ਜਦੋਂ ਰਾਮਪੁਰ ਲਿਖਾਰੀ ਸਭਾ ਜਾਂ ਰਾਮਪੁਰੀ ਲਿਖਣ ਵਾਲਿਆਂ ਦੀ ਗੱਲ ਹੁੰਦੀ ਹੈ ਸਾਡੀ ਖੁਸ਼ਕਿਸਮਤੀ ਹੈ ਸਿਮੰਦਰ ਰਾਮਪੁਰ ਜੀ ਸਾਡੇ ਵਿਚਕਾਰ ਨੇ ਇਹ ਉਸ ਪਿੰਡ ਜੰਮੇ ਵੀ ਨੇ ਪਲੇ ਵੀ ਨੇ ਕਵਿਤਾ ਦੀ ਗੁੜਤੀ ਵੀ ਮਿਲੀ ਹੈ ਅਤੇ ਮੇਰੇ ਨਾਲ ਸਭ ਤੋਂ ਪਹਿਲਾਂ ਉਹਨਾਂ ਦੇ ਗੁਣ ਨੂੰ ਜਾਣਨ ਅਤੇ ਪਛਾਣਨ ਵਾਲੇ ਵੀ ਇਹੀ ਹੋਣਗੇ ਮੈਂ ਚਾਹਾਂਗਾ ਅੱਜ ਉਹ ਸਾਡੇ ਨਾਲ ਰਾਮਪੁਰੀ ਸਾਹਿਬ ਬਾਰੇ ਆਪਣੇ ਪਿੰਡ ਵਾਲੇ ਜੋ ਵੀ ਵਿਚਾਰ ਕਰਨਾ ਮੁਸਾਫਰ ਸਾਨੂੰ ਸਾਂਝੇ ਕਰਨ ਸ਼ੁਕਰੀਆ ਸਾਡੇ ਗੁਰਦੁਆਰਾ ਸਾਹਿਬ ਵਿੱਚ ਕੋਈ ਲਗਭਗ 1926 ਤੋਂ ਬਾਅਦ ਤਿੰਨ ਦਿਨਾਂ ਦੀ ਕਾਨਫਰੰਸ ਕਹਿ ਲਓ ਜਾਂ ਅਸੀਂ ਤਾਂ ਕਹਿ ਦਿੰਦੇ ਵੀ ਤਿੰਨ ਦਿਨਾਂ ਦਾ ਮੇਲਾ ਲੱਗਦਾ ਉੱਥੇ ਧਾਰਮਿਕ ਅਤੇ ਉੱਥੇ ਬੜੇ ਕਵੀਸਾ ਹੋਣੇ ਢਾਡੀ ਆਉਣੇ ਉਹਨਾਂ ਨੂੰ ਦੇਖ ਦੇਖ ਕੇ ਲਾਭ ਸਿੰਘ ਚਾਤਰਿਕ ਟਹਿਲ ਸਿੰਘ ਅਤੇ ਇੱਕ ਹਰਦਿਆਲ ਸਿੰਘ ਲਾਭ ਸਿੰਘ ਚਾਤਰਿਕ ਅਤੇ ਟਹਿਲ ਸਿੰਘ ਤਾਂ ਮੈਂ ਦੇਖੇ ਨੇ ਪਰ ਹਰਦਿਆਲ ਸਿੰਘ ਮੈਨੂੰ ਲੱਭਿਆ ਨਹੀਂ ਵੀ ਕਿਹੜਾ ਸੀਗਾ ਪਰ ਕਿਉਂਕਿ ਕਵਿਤਾ ਦੇ ਉੱਤੇ ਨਾਂ ਲਿਖਿਆ ਹੁੰਦਾ ਸੀਗਾ ਇਸ ਕਰਕੇ ਮੈਂ ਉਹਨਾਂ ਦਾ ਨਾਮ ਵਿੱਚ ਰੱਖਿਆ ਵੀ ਹਰਦਿਆਲ ਸਿੰਘ ਵੀ ਕੋਈ ਤੀਜੇ ਬੰਦੇ ਇਹੋ ਜਿਹੇ ਸੀਗੇ ਜਿਹੜੇ ਕਵਿਸਰਿਆ ਜੋੜ ਕੇ ਹੁੰਦੇ ਸੀ ਲਾਭ ਸਿੰਘ ਚਾਤਰਿਕ ਨੇ ਜਦੋਂ ਦਸਵੇਂ ਆਪਣੇ ਕਲਕੱਤੇ ਤੋਂ ਕੋਈ ਲਗਭਗ ਚੌਥੀ ਪਾਸ ਕਰਕੇ ਸੁਰਜੀਤ ਰਾਮਪੁਰੀ ਰਾਮਪੁਰ ਆਏ ਇਹਨਾਂ ਦੇ ਗੁਆਂਢ ਦੇ ਵਿੱਚ ਹੀ ਚਾਤਰਿਕ ਸਾਹਿਬ ਦਾ ਘਰ ਸੀ ਉਹਨਾਂ ਦੀ ਸੰਗਤ ਦੇ ਨਾਲ ਲਗਭਗ ਇਹ ਅੱਠਵੀਂ ਜਾਂ ਨੌਵੀਂ ਦੇ ਵਿੱਚ ਜਦੋਂ ਸੀਗੇ ਖਾਲਸਾ ਸਕੂਲ ਜਸਪਾਉਂ ਵਿੱਚ ਪੜ੍ਹਦੇ ਜਿੱਥੇ ਮਾਨ ਸਾਹਿਬ ਪੜ੍ਹੇ ਨੇ ਮੈਂ ਵੀ ਉੱਥੇ ਪੜ੍ਹਿਆ ਉਹ ਜਾਣੀ ਮਤਲਬ ਇਕੱਠੇ ਬੈਠ ਕੇ ਕਵੀਸਰੀ ਕਰਦੇ ਹੁੰਦੇ ਸੀ ਸਾਡੇ ਖਾਲਸਾ ਸਕੂਲ ਜਸਪਾਉਂ ਦੇ ਵਿੱਚ ਇੱਕ ਸਾਡੇ ਪਿੰਡ ਦੇ ਹੀ ਸਰਦਾਰ ਜੋਗਿੰਦਰ ਸਿੰਘ ਜੀ ਉਰਦੂ ਫਾਰਸੀ ਦੇ ਟੀਚਰ ਹੁੰਦੇ ਸੀ ਆਪਾਂ ਤੋਂ ਬਹੁਤ ਪਹਿਲਾਂ ਦੀ ਗੱਲ ਹੈ ਅਤੇ ਉਸ ਤੋਂ ਬਾਅਦ ਵੀ ਜਦੋਂ ਭਾਸ਼ਾ ਭਾਗ ਹੋਂਦ ਵਿੱਚ ਆਇਆ ਉਹ ਭਾਸ਼ਾ ਭਾਗ ਚਲੇ ਗਏ ਅਤੇ ਡਿਪਟੀ ਡਾਇਰੈਕਟਰ ਦੇ ਤੌਰ 'ਤੇ ਉੱਥੋਂ ਰਿਟਾਇਰ ਹੋਏ ਔਰ ਉਹਨਾਂ ਨੇ ਪਿੰਕਲ ਅਤੇ ਅਰੂਜ ਨਾਮੀ ਕਵ ਜਿਹੜੀ ਕਿਤਾਬ ਲਿਖੀ ਹੈ ਮੇਰਾ ਖਿਆਲ ਉਹ ਲੈਂਡਮਾਰਕ ਹੈ ਗਜ਼ਲ ਲੇਖਕਾਂ ਦੇ ਸੰਬੰਧ ਵਿੱਚ ਗਜ਼ਲ ਦੀ ਜਾਣਕਾਰੀ ਦੇ ਸੰਬੰਧ ਵਿੱਚ ਉਹਨਾਂ ਨੇ ਪਿੰਕਲ ਅਤੇ ਅਰੂਜ ਦਾ ਸੁਮੇਲ ਕਿਸ ਤਰ੍ਹਾਂ ਨਾਲ ਕੀਤਾ ਹੈ ਬਹੁਤ ਹੀ ਕਮਾਲ ਦੀ ਕਿਤਾਬ ਹੈ ਔਰ ਉਹ ਭਾਸ਼ਾ ਭਾਰ ਨੇ ਮੇਰਾ ਖਿਆਲ ਹੁਣ ਦੋ ਤੱਕ ਬਾਅਦ ਫਿਰ ਛੱਡ ਜਿਹਨਾਂ ਦਿਨਾਂ ਵਿੱਚ ਸੁਰਜੀਤ ਦਸਵੀਂ ਜਮਾਤ 'ਚ ਪੜ੍ਹਦਾ ਸੀਗਾ ਇਹ ਆਪਣੇ ਗੁਰਚਰਨ ਰਾਮਪੁਰੀ ਜੀ ਉਹਨਾਂ ਦਿਨਾਂ ਵਿੱਚ ਅੱਠਵੀਂ ਜਮਾਤ ਪੜ੍ਹਦੇ ਸੀ ਜਸਪਾਲੋ ਸਕੂਲ 'ਚ ਪੜ੍ਹਦੇ ਸੀ ਅਤੇ ਸਭ ਤੋਂ ਪਹਿਲਾਂ ਸੁਰਜੀਤ ਹੋਣੀ ਚਾਤਰਿਕ ਜੀ ਨਾਲ ਵਾਲੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਇਹ ਅੱਠਵੀਂ ਜਮਾਤ ਜਦੋਂ ਸੀਗੇ ਨਾ ਅਤੇ ਉਹ ਉਹਨਾਂ ਕਿੱਸਾ ਕਵੀ ਜਿਹੜੇ ਕਿੱਸਾਕਾਰ ਕਵੀ ਕਵੀਸਰੀ ਕਰਦੇ ਹੁੰਦੇ ਸੀ ਉਹਨਾਂ ਵਿੱਚ ਇਹ ਬੈਠਣ ਲੱਗੇ ਅਤੇ ਉਸ ਤੋਂ ਬਾਅਦ ਸੁਰਜੀਤ ਰਾਮਪੁਰੀ ਹੋਣਾਂ ਨੇ ਔਰ ਗੁਰਚਰਨ ਰਾਮਪੁਰੀ ਹੋਣਾਂ ਨੇ ਅਜਾਇਬ ਚਿੱਤਰਕਾਰ ਜੀ ਮਹਿੰਦਰ ਰਾਮਪੁਰੀ ਮਨ ਸਿੰਘ ਰਾਮਪੁਰੀ ਅਤੇ ਮੈਂ ਉਦੋਂ ਨਹੀਂ ਸੀਗਾ ਹਰਚਰਨ ਮਾਗਟ ਅਤੇ ਇੱਕ ਹਰ ਗੁਰਚਰਨ ਮਾਗਟ ਭੁਲਾਲ ਦੇ ਇਹ ਸੱਤ ਬੰਦਿਆਂ ਨੇ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਸਥਾਪਨਾ 7 ਅਗਸਤ 1953 ਨੂੰ 7 ਅਗਸਤ 1953 ਜਾਣੀ ਤੁਸੀਂ ਸੋਚ ਕੇ ਦੇਖੋ ਵੀ ਪੰਜਾਬ ਦੀ ਕੀ ਲਗਭਗ ਸਾਰੇ ਹਿੰਦੁਸਤਾਨ ਦੀ ਪਹਿਲੀ ਪੇਂਡੂ ਸਹਿਤ ਸਭਾ ਸੀ ਜਿਹੜੀ 1953 ਵਿੱਚ ਅਸਟੈਬਲਿਸ਼ ਹੋਈ ਜਿਹੜੀ ਆਪਣੇ ਸੁਰਜੀਤ ਹੋਣ ਦੀ ਪਹਿਲਾਂ ਕਿਤਾਬ ਆਈ ਆਪਣੇ ਗੀਤਾ ਪੁਰਿਸ਼ ਦੇ ਉਸ ਤੋਂ ਬਾਅਦ ਗੁਰਚਰਨ ਬਾਈ ਜੀ ਦੀ ਕਿਤਾਬ ਆਈ ਕਵਿਤਾ ਜੀ ਦੀ ਬਹੁਤ ਅਤੇ ਉਸ ਤੋਂ ਬਾਅਦ ਜਿੰਨੀਆਂ ਕਿਤਾਬਾਂ ਆਉਂਦੀਆਂ ਗਈਆਂ ਚੜ੍ਹਦੇ ਗਏ ਮੇਰਾ ਖਿਆਲ ਆ ਵੀ ਰਾਮਪੁਰ ਦੇ ਵਿੱਚ ਇਸ ਵੇਲੇ ਟੋਟਲ 26 ਬੰਦੇ ਨੇ ਜਿਹੜੇ ਕਿਤਾਬੀ ਰੂਪ ਵਿੱਚ ਆ ਚੁੱਕੇ ਨੇ ਸੀਗੇ ਹੁਣ ਜੇ ਦੇਖਿਆ ਜਾਵੇ ਗੁਰਚਰਨ ਦੀ ਪੋਇਟਰੀ ਵੀ ਜੋ ਹੈ ਸੁਰਜੀਤ ਦੀ ਪੋਇਟਰੀ ਜੋ ਹੈ ਉਹ ਚਾਹੇ ਸੁਰਜੀਤ ਹੋਣੀ ਚਾਹੇ ਲਿਰਿਸਿਜ਼ਮ ਵਿੱਚ ਅੱਗੇ ਨੇ ਪਰ ਉਹ ਜਿਵੇਂ ਕਹਿੰਦੇ ਸੁਚੇਤ ਕਵੀ ਦੇ ਤੌਰ 'ਤੇ ਗੁਰਚਰਨ ਰਾਮਪੁਰੀ ਉਹਨਾਂ ਤੋਂ ਵੱਖਰੇ ਮੈਂ ਜਿਹਨਾਂ ਦਿਨਾਂ ਦੇ ਵਿੱਚ ਐਮ ਫਿਲ ਕਰਦਾ ਸੀ ਉਹਨਾਂ ਦਿਨਾਂ ਦੇ ਵਿੱਚ ਮੈਂ ਇਹਨਾਂ ਦੀ ਜਿਹੜੀ ਕਿਤਾਬ ਨਿਕਲੀ ਆ ਨਾ
ਉਹਦੇ 'ਤੇ ਡੈਜ਼ਰਟੇਸ਼ਨ ਲਿਖਿਆ ਸੀ ਅਤੇ ਮੈਂ ਆਪਣਾ ਭਰਮ ਦੂਰ ਕਰਨ ਲਈ ਸਿੱਖੋ ਸਾਹਿਬ ਕੋਲ ਚਲੇ ਗਿਆ। ਮੈਂ ਕਿਹਾ ਸਿੱਖੋ ਸਾਹਿਬ ਤੁਸੀਂ ਦੋਨਾਂ ਨੂੰ ਜਾਣਦੇ ਹੋ ਬਈ ਦੋਨਾਂ 'ਚੋਂ ਕਿਹੜਾ ਅੱਗੇ ਹੈ। ਮੈਂ ਕਿਹਾ ਮੈਂ ਇਹ ਫੈਸਲਾ ਨਹੀਂ ਕਰ ਸਕਿਆ ਹੈਗਾ। ਉਹ ਕਹਿੰਦਾ ਬਹੁਤਾ ਫਿਕਰ ਕਰਨ ਦੀ ਲੋੜ ਨਹੀਂ, ਬਰਾਬਰ ਬਰਾਬਰ ਜੀ ਨੇ, ਠੀਕ ਠੀਕ ਹੈ ਜੀ। ਯਾਨੀ ਉਹਨਾਂ ਦਾ ਬਿਲਕੁਲ ਆਹੀ ਜਵਾਬ ਸੀ, ਉਹਨੇ ਨਹੀਂ ਕਹਿੰਦਾ ਠੀਕ ਠੀਕ ਹੈ, ਬਰਾਬਰ ਬਰਾਬਰ ਜੀ ਨੇ, ਕੋਈ ਬਹੁਤਾ ਫਰਕ ਨਹੀਂ ਹੈਗਾ। ਮੈਂ ਚਲੋ ਠੀਕ ਹੈ ਜੀ। ਚਲੋ ਗੱਲ ਵਿੱਚੋਂ ਇਹ ਬਈ ਜਦੋਂ 1953 ਦੇ ਵਿੱਚ ਪੰਜਾਬੀ ਸਾਹਿਤ ਸਭਾ ਰਾਮਪੁਰ ਸਥਾਪਿਤ ਹੋਈ ਤਾਂ ਗੁਰਚਰਨ ਰਾਮਪੁਰੀ ਨਾ ਸੋਰੀ ਆਪਣੇ ਸੁਰਜੀਤ ਰਾਮਪੁਰੀ ਵਾਲੇ ਪਹਿਲੇ ਪ੍ਰਧਾਨ, ਜਦੋਂ ਉਹਨਾਂ ਦਾ ਦੇਹਾਂਤ ਹੋਇਆ ਉਸ ਵੇਲੇ ਵੀ ਉਹ ਪ੍ਰਧਾਨ ਸਨ ਅਤੇ ਗੁਰਚਰਨ ਰਾਮਪੁਰੀ ਜੀ ਉਸ ਵੇਲੇ ਪਹਿਲੇ ਸੈਕਟਰੀ ਸੀਗੇ। ਦੂਜੇ ਸਾਲ ਫਿਰ ਇਹਨਾਂ ਦੀ ਸੈਕਟਰੀਸ਼ਿਪ ਬਦਲ ਕੇ ਹਰਚਰਨ ਕੋਲ ਚਲੀ ਗਈ ਸੀ ਅਤੇ ਉਸ ਤੋਂ ਬਾਅਦ ਮਹਿੰਦਰ ਰਾਮਪੁਰੀ ਸਾਡੇ 13-14 ਸਾਲ ਚੰਦ ਸੈਕਟਰੀ ਲਾਏ ਨੇ। ਕਵਿਤਾਵਾਂ ਦੇ ਗੇੜ ਉੱਥੇ ਪਹਿਲੇ ਹਿਸਾਬ ਦੇ ਨਾਲ ਇਹ ਸੀਗਾ ਵੀ ਪਹਿਲਾਂ ਇਹਨਾਂ ਦੀ ਜਿਹੜੀ ਮੀਟਿੰਗ ਹੁੰਦੀ ਹੁੰਦੀ ਸੀ ਉਹ ਆਏ ਹਫ਼ਤੇ ਹੁੰਦੀ ਸੀ। ਇਹਦੇ ਵਿੱਚ ਅਜਾਇਬ ਚਿੱਤਰਕਾਰ ਜੀ, ਸੰਤੋਖ ਸਿੰਘ ਢੇਰ ਜੀ, ਸੁਰਜੀਤ ਰਾਮਪੁਰੀ, ਆਪਾਂ ਜੇ ਆਪਾਂ ਮੁੱਖ ਤੌਰ 'ਤੇ ਇਹਨਾਂ ਨੂੰ ਕਹਿ ਦਈਏ ਵੀ ਇਹ ਅਮਨ ਲਹਿਰ ਦੀ ਉਪਜ ਨੇ, ਇਹ ਚਾਰੇ ਸ਼ਾਇਰ ਅਤੇ ਚਾਰਾਂ ਦਾ ਹੀ ਪੰਜਾਬੀ ਸਾਹਿਤ ਵਿੱਚ ਆਪਣਾ ਆਪਣਾ ਮੁਕਾਮ ਹੈ, ਆਪਣਾ ਆਪਣਾ ਥਾਂ ਹੈ ਅਤੇ ਬਹੁਤ ਹੀ ਵਧੀਆ ਇਨਸਾਨ, ਬਹੁਤ ਹੀ ਵਧੀਆ ਕਵੀ, ਬਹੁਤ ਬਹੁਤ ਧੰਨਵਾਦ। ਹਾਂਜੀ ਹਾਂਜੀ, ਉਹ ਇਹਦੇ ਵਿੱਚ ਆਉਂਦਾ ਇਸ ਪਠੋਕਰ ਤੇ ਮੁਸਕਰਾਉਂਦਾ ਹੈ, ਤਾਰਾ ਟੁੱਟਦਾ ਵੀ ਜਗਮਗਾਉਂਦਾ ਹੈ, ਮੋਰ ਨੱਚਦੇ ਵੀ ਰੋਂਦੇ ਰਹਿੰਦੇ ਨੇ ਅਤੇ ਹੰਸ ਮਰਦੇ ਹੋਏ ਵੀ ਗਾਉਂਦਾ ਹੈ। ਖੇਜ਼ਰ ਦੀ ਰਾਤ ਨੀਂਦ ਕਿਸ ਨੂੰ ਆਉਂਦੀ, ਬਸ ਦੀ ਰਾਤ ਕੌਣ ਸੌਂਦਾ। ਬਹੁਤ ਬਹੁਤ ਧੰਨਵਾਦ ਰਾਮਪੁਰੀ ਸਾਹਿਬ, ਤਾੜੀਆਂ। ਬਹੁਤ ਵਧੀਆ ਸ਼ਾਇਰ ਨੇ, ਖਾਸ ਕਰਕੇ ਜਦੋਂ ਇਹ ਤਰੰਨਮ 'ਚ ਗਾਉਂਦੇ ਨੇ ਸੋਨੇ 'ਤੇ ਸੁਹਾਗਾ ਹੋ ਜਾਂਦਾ, ਬਹੁਤ ਵਧੀਆ। ਰਾਮਪੁਰੀ ਸਾਹਿਬ ਬਾਰੇ, ਰਾਮਪੁਰੀ ਸਾਹਿਬ ਦੀ ਰਚਨਾ, ਰਾਮਪੁਰ ਲਿਖਾਰੀ ਸਭਾ ਦੀ ਬਣਤਰ ਬਾਰੇ ਬੜਾ ਅੱਛਾ ਗਿਆਨ ਦਿੱਤਾ। ਅਰਜ਼ ਇਹ ਹੈ ਕਿ ਜਿਹੜੀਆਂ ਲਿਖਾਰੀ ਸਭਾਵਾਂ ਸਾਡੇ ਪੰਜਾਬ 'ਚ ਉਦੋਂ ਪਾਰਟੀਸ਼ਨ ਤੋਂ ਬਾਅਦ ਪੈਦਾ ਹੋਈਆਂ, ਉਹਨਾਂ ਦਾ ਮੇਰੇ ਖਿਆਲ ਮੂਲ ਉਦੇਸ਼ ਸੀ ਕਿ ਨਵੇਂ ਦੀਵੇ ਨਾਲ ਦੀਵਾ ਜਲਣਾ, ਇਕੱਠੇ ਹੋ ਕੇ ਬਹਿ ਕੇ ਇੱਕ ਦੂਜੇ 'ਚ ਸਿੱਖਣਾ, ਸਮਝਣਾ, ਇੱਕ ਦੂਜੇ ਨੂੰ ਸੁਣਾਉਣਾ, ਪੋਲਿਸ਼ ਹੋਣਾ, ਪੋਲਿਸ਼ ਹੁੰਦੇ। ਜਗਪੁਰ ਲਿਖਾਰੀ ਸਭਾ ਸਾਡੇ ਦੁਆਬੇ 'ਚ ਬੰਗਿਆਂ ਦੇ ਕੋਲ ਹੈ, ਬੜੀ ਪਾਪੂਲਰ ਰਹੀ। ਰਵਿੰਦਰ ਰਵੀ ਮਹਾਰਤ ਹੁੰਦੇ ਨੇ, ਪ੍ਰੋਫੈਸਰ ਪਿਆਰਾ ਸਿੰਘ ਮੇਰੇ ਦਾਦਿਆਂ ਦੇ ਪਿਤਾ ਜੀ ਸੀ। ਤੋ ਜਿਹੜੀ ਰਾਮਪੁਰੀ ਸਾਹਿਬ ਦੀ ਪਹਿਲੀ ਨਜ਼ਮ ਸੀ, ਇਹਨਾਂ ਨੇ ਕਿਹਾ ਸੁਰਜੀਤ ਨੂੰ, ਰਾਮਪੁਰੀ ਸਾਹਿਬ ਨੇ, ਲਿਖੀ ਦਾ ਕਿੱਦਾਂ ਦਾ? ਉਹ ਕਹਿੰਦਾ ਯਾਰ ਕੋਈ ਮਸ਼ਹੂਰ ਮਹਿਬੂਬਾ ਹੁੰਦੀ ਹੈ, ਉਹਦੇ ਬਾਰੇ ਚੰਗਾ ਮਾੜਾ ਜੋ ਵੀ ਫੀਲਿੰਗ ਹੁੰਦੀਆਂ ਲਿਖ ਲਈ, ਉਹ ਕਹਿੰਦਾ ਜੇ ਕਿਸੇ ਦੀ ਨਾ ਹੋਵੇ ਤਾਂ ਸੁਰਜੀਤ ਕਹਿੰਦੇ ਤਾਂ ਤੁਸੀਂ ਕਲਪਨ ਕਰ ਲਈ, ਫਿਰ ਯੋਗ ਜੋ ਵੀ ਮਹਿਸੂਸ ਕਰਦੇ ਹੋ ਉਹਦੇ ਬਾਰੇ ਲਿਖਿਆ ਜਾ ਸਕਦਾ। ਇਹਨਾਂ ਨੇ ਕਵਿਤਾ ਲਿਖੀ ਸੀ, ਪ੍ਰੀਤਮ ਤੂੰ ਕਿੰਨੀ ਪਿਆਰੀ, ਜਿਵੇਂ ਹੁੰਦਾ ਚੰਨ ਚਕੋਰ ਨੂੰ ਹੈ ਅਤੇ ਕਾਲਾ ਬੱਦਲ ਮੋਰ ਨੂੰ, ਧੁਕਬੰਦੀ। ਪਰ ਇੱਥੋਂ ਹੋ ਕੇ ਉਹਨਾਂ ਨੇ ਬੜਾ ਕੁਛ ਲਿਖਿਆ। ਇਹ ਰਾਮਪੁਰੀ ਸਾਹਿਬ ਨੇ ਉਹਨਾਂ ਨਾਲ ਪਿੰਡ ਦੀਆਂ ਯਾਦਾਂ, ਉਸ ਲਿਖਾਰੀ ਸਭਾ ਨਾਲ ਯਾਦਾਂ ਸਾਂਝੀਆਂ ਕੀਤੀਆਂ। ਸਾਡੇ ਵਿਚਕਾਰ ਇੱਕ ਐਸੀ ਹਸਤੀ ਹੈ ਜਿਨ੍ਹਾਂ ਨੇ ਰਾਮਪੁਰੀ ਸਾਹਿਬ ਦੀ ਉਹ ਜਿਹੜੀ ਇਨਕਲਾਬੀ ਮੂਵਮੈਂਟ ਦੀ ਦਾ ਦੌਰ ਸੀ ਉਹਨਾਂ 'ਚ ਵਿਚਰਦਿਆਂ ਉਹਨਾਂ ਦੀ ਦੋਸਤੀ ਉਦੋਂ ਤੋਂ ਅੱਜ ਤੱਕ ਵੀ ਬਰਕਰਾਰ ਹੈ। ਮੇਰੀ ਕਹਿਣ ਤੋਂ ਬਾਅਦ ਸੁਰਜਨ ਸਿੰਘ ਵੀ ਸਾਹਿਬ ਤੋਂ ਹੈ, ਮੈਂ ਜਾਵਾਂਗਾ ਜਿਵੇਂ ਵੀ ਤੁਹਾਡੀ ਮਾੜੀ ਸਿਹਤ, ਮੈਨੂੰ ਪਤਾ ਤੁਸੀਂ ਥੋੜ੍ਹੀ ਅੱਜ ਕੱਲ੍ਹ ਠੀਕ ਨਹੀਂ ਰਹਿੰਦੀ, ਪਰ ਫਿਰ ਵੀ ਲਵ ਟੂ ਹੀਅਰ ਯੂ। ਸੁਰਜਨ ਸਿੰਘ ਜੀ ਰਾਮਪੁਰੀ ਸਾਹਿਬ ਜਿਹੜੀ ਬਹੁਤ ਪੁਰਾਣੀ ਦੋਸਤੀ ਹੈ, ਬਲਕਿ ਮੈਂ ਕਹਾਂਗਾ ਕਿ ਪੰਜਾਬ ਵਿੱਚ ਪ੍ਰੋਗਰੈਸਿਵ ਰਾਈਟਰਸ ਅਤੇ ਮੋਢੀਆਂ ਵਿੱਚ ਨੇ। ਮੈਨੂੰ ਯਾਦ ਹੈ ਇੱਕ ਵਾਰੀ ਪਾਰਟੀ ਸਾਡੀ ਪਾਰਟੀ ਦੀ ਕਾਨਫਰੰਸ ਹੋਈ ਸੀ ਜਿੰਦਿਆਏ, ਉਦੋਂ ਮੈਂ ਅਤੇ ਰਾਮਪੁਰੀ ਸਾਹਿਬ ਅਸੀਂ ਕਵਿਤਾ ਡਿਸਕਸ ਕਰਨ ਬਹੁਤ ਦੇਰ ਤੱਕ ਅਸੀਂ ਕਾਨਫਰੰਸ ਨਿਕਲ ਕੇ ਬਾਅਦ ਇੱਕ ਕਵਿਤਾ ਹੁੰਦੀ ਕੀ ਹੈ ਇਹ ਬਹੁਤ ਇਸ ਕਿਸਮ ਦੀਆਂ ਗੱਲਾਂ ਬਾਤਾਂ ਖਾਸਾ ਸਿਰ ਲੰਬਾ ਚੌੜਾ ਅਸੀਂ ਗੱਲਬਾਤ ਕੀਤੀ। ਉਹ ਉਸ ਤੋਂ ਬਾਅਦ
ਰਾਮਪੁਰੀ ਉਹਨਾਂ ਨੇ ਬਹੁਤ ਸਾਰੀ ਕਵਿਤਾ ਛਪ ਚੁੱਕੀਆਂ ਨੇ ਉਹਨਾਂ ਨੇ ਔਰ ਇਸ ਤਰ੍ਹਾਂ ਕਿ ਮੇਰੇ ਪਹਿਲੇ ਦੋਸਤ ਨੂੰ ਦੱਸਿਆ ਉਹਨਾਂ ਨੇ ਬਹੁਤ ਕੁਝ ਲਿਖਿਆ ਪ੍ਰੋਗਰੈਸ ਮੂਵਮੈਂਟ ਬਾਰੇ ਵੀ ਉਸ ਤੋਂ ਬਾਅਦ ਵੀ ਜਦੋਂ ਸੋਵੀਅਤ ਯੂਨੀਅਨ ਖਤਮ ਹੋਇਆ ਉਦੋਂ ਉਹਨਾਂ ਨੂੰ ਉਹਨਾਂ ਦਾ ਦਿਲ ਵੀ ਥੋੜ੍ਹਾ ਜਿਹਾ ਸੜਕੀ ਵੱਜੀ ਉਸ ਬਾਰੇ ਵੀ ਉਹਨਾਂ ਨੇ ਆਪਣੇ ਇਸ ਹਸਤਾਪ ਚੁੱਕੇ ਨੇ ਮੈਂ ਰਾਮਪੁਰੀ ਵਾਲਿਆਂ ਨੂੰ ਜਦੋਂ ਹੀ ਮਿਲਿਆ ਉਹ ਗੱਲਬਾਤ ਬੜੀ ਸ਼ਗੁਫਤਗੀ ਹੈ ਉਹਨਾਂ ਵਿੱਚ ਉਹ ਜਿਸ ਵੇਲੇ ਆਪਣੀ ਯਾਦਾਂ ਦੱਸਦੇ ਹਨ ਉਹ ਬਹੁਤ ਉਮਦਾ ਢੰਗ ਨਾਲ ਦੱਸਦੇ ਮਸਲ ਇੱਕ ਵਾਰੀ ਉਹ ਪਾਕਿਸਤਾਨ ਆਪਣੇ ਦੋਸਤ ਕੋਲ ਗਏ ਉਦੋਂ ਸੀ ਜ਼ੈਂਗਮ ਸਾਹਿਬ ਨਹੀਂ ਜ਼ੈਂਗਮ ਨਹੀਂ ਉਹ ਸੀ ਐਨੀਵੇ ਉਹ ਆਏ ਉਹਨਾਂ ਨੇ ਬੜਾ ਬੁਲਾਇਆ ਉਦੋਂ ਉਹ ਰਮਜ਼ਾਨ ਚੱਲ ਰਹੇ ਉਹਦੇ ਚਲੋ ਤੁਹਾਨੂੰ ਲੈ ਚੱਲਦੇ ਬਾਹਰ ਘਰ ਤਾਂ ਖਾ ਨਹੀਂ ਸੀ ਸਕਦੇ ਉਹਨੂੰ ਬਾਹਰ ਲੈ ਗਏ ਉਹ ਮੱਲਾਂ ਪੇਟੀਆਂ ਬਣੀਆਂ ਹੁੰਦੀਆਂ ਉਹਦਾ ਜੋਡੀ ਜਿੱਥੇ ਬਣੇ ਹੁੰਦੇ ਆ ਉਹਨਾਂ ਦਾ ਕੰਮ ਹੁੰਦਾ ਵੀ ਕਿਸੇ ਨੂੰ ਖਾਣ ਨਹੀਂ ਦੇਣਾ ਉਹ ਫਿਰ ਜਿਸ ਢੰਗ ਨਾਲ ਦੱਸਦੇ ਆ ਉਹ ਬੜਾ ਕਮਾਲ ਦਾ ਸੀ ਕਿਸ ਤਰ੍ਹਾਂ ਅਸੀਂ ਨਿਕਲੇ ਕਿਸ ਤਰ੍ਹਾਂ ਇਹ ਪਿੱਛੇ ਉਹ ਸੀਟਾਂ ਦੇ ਲੁੱਕ ਕੇ ਨਿਕਲੇ ਕਿਸ ਤਰ੍ਹਾਂ ਉਹਨਾਂ ਨੇ ਰੋਕੀਆਂ ਵਾਰ ਵਾਰ ਖੈਰ ਉਹਨਾਂ ਨੂੰ ਇਹ ਗੱਲ ਕਰਦਾ ਬਹੁਤ ਵਧੀਆ ਸਟੀਕ ਹੈ ਇੱਕ ਵਾਰੀ ਉਹਨਾਂ ਨੇ ਗੱਲ ਸੁਣਾਈ ਉਹਨਾਂ ਦੀ ਕੰਟੇਨਮੈਂਟ ਹੋ ਰਹੀ ਸੀ ਅਤੇ ਇੱਕ ਦੁਕਾਨਦਾਰ ਸੀ ਤੜਕੇ ਤੋਂ ਗਾਹਕ ਉਡੀਕ ਰਿਹਾ ਸੀ ਗਾਹਕ ਕੋਈ ਆ ਰਿਹਾ ਇੱਕ ਜੁਆਲੀ ਆਈ ਜੁਆਲੀ ਨਾਂ ਦੀ ਬੀਬੀ ਉਹਨੇ ਸੋਚਿਆ ਵੀ ਚਲੋ ਕੋਈ ਗਾਹਕ ਆ ਤਾਂ ਰਿਹਾ ਥੋੜ੍ਹਾ ਬਹੁਤ ਚਲੋ ਆਨੇ ਡੇਢ ਆਨੇ ਦਾ ਸੌਦਾ ਕੋਈ ਬੋਣੀ ਤਾਂ ਹੋਊ ਉਹ ਆਈ ਤਾਂ ਉਹ ਦੁਕਾਨ ਦੇ ਨੇੜੇ ਜਿਵੇਂ ਪਹੁੰਚੀ ਅਤੇ ਉਹ ਡਿੱਗ ਪਈ ਫਿਲਿਪ ਕੇ ਅਤੇ ਉਹ ਕੱਪੜੇ ਕੁੱਪੜੇ ਝਾੜ ਕੇ ਪਿੱਛੇ ਮੁੜ ਪਈ ਅਤੇ ਉਹ ਦੁਕਾਨਦਾਰ ਪਿੱਛੋਂ ਆਉਂਦਾ ਜੁਆਲੀਏ ਡਿੱਗਣੀ ਆਈ ਸੀ ਇੱਥੇ ਖੈਰ ਠੀਕ ਹੈ ਖੈਰ ਸਾਹਿਬ ਇਹ ਹੈ ਜੀ ਗ੍ਰੇਟ ਸੈਂਸ ਆਫ ਹਿਊਮਰ ਆਲਸੋ ਸੋ ਉਹਨਾਂ ਦਾ ਸ਼ੇਅਰ ਉਹਨਾਂ ਦੇ ਤੁਸੀਂ ਦੱਸਿਆ ਹੀ ਮੈਂ ਉਹ ਸੁਰ ਜਿਹਾ ਗਾ ਦਿਨ ਇਸ਼ਕ ਠੋਕਰ ਤੇ ਮੁਸਕਰਾਉਂਦਾ ਹੈ ਇਸ਼ਕ ਠੋਕਰ ਤੇ ਮੁਸਕਰਾਉਂਦਾ ਹੈ ਸਾਰਾ ਟੁੱਟਦਾ ਵੀ ਜਗਮਗਾਉਂਦਾ ਹੈ ਤਾਰਾ ਟੁੱਟਦਾ ਹਿਜਰ ਦੀ ਰਾਤ ਕਿਸ ਨੂੰ ਨੀਂਦ ਆਉਂਦੀ ਹਿਜਰ ਦੀ ਰਾਤ ਕਿਸ ਨੂੰ ਨੀਂਦ ਆਉਂਦੀ ਵਸਲ ਦੀ ਰਾਤ ਕੌਣ ਸੌਂਦਾ ਹੈ ਦਿੱਲੀ ਮਿਲਿਆ ਮੈਨੂੰ ਅਸੀਂ ਉਦੋਂ ਹੀ ਮਿਲੇ ਪਰ ਉਹਨਾਂ ਨੂੰ ਅੱਜ ਤੱਕ ਪੰਜਾਬ ਵਿੱਚ ਲੋਕ ਯਾਦ ਵੀ ਕਰਦੇ ਨੇ ਹੁਣ ਵੀ ਜਦੋਂ ਆਉਂਦੇ ਨੇ ਮਿਲਦੇ ਨੇ ਈ ਵਿਲ ਵੀ ਪੰਜਾਬੀ ਸਾਹਿਤ ਉਹਨਾਂ ਦੀ ਖਾਸ ਥਾਂ ਹੈ ਔਰ ਮੈਂ ਕਲਸੀ ਸਾਹਿਬ ਦਾ ਮਮਨੂਨ ਹੈ ਕਿ ਉਹ ਹਾਂ
ਮੈਂ ਮਮਨੂਨ ਹੈ ਕਿ ਉਹ ਉਸ ਸਾਹਿਤਕਾਰਾਂ ਬਾਰੇ ਵੀ ਇਹ ਡਾਕੂਮੈਂਟਰੀ ਇਹਨਾਂ ਨੇ ਬਹੁਤ ਸਾਰੇ ਸਾਹਿਤਕਾਰਾਂ ਬਾਰੇ ਉਹ ਡਾਕੂਮੈਂਟਰੀ ਕੀਤੀਆਂ ਨੇ ਡਾਕੂਮੈਂਟਰੀ ਉਹ ਮੈਂ ਸੋਚਦਾ ਕਈ ਵਾਰੀ ਇਹਨਾਂ ਨਾਲ ਬੈਠ ਕੇ ਉਸ ਇਹਨਾਂ ਕੋਲ ਵਿਰਕ ਸਾਹਿਬ ਬਾਰੇ ਵੀ ਇਹਨਾਂ ਨੇ ਇਹਨਾਂ ਕੋਲ ਹੈ ਔਰ ਵਿਰਕ ਵਾਲ ਇਜ਼ ਏ ਮੋਸਟ ਆਊਟਸਟੈਂਡਿੰਗ ਸਟੋਰੀ ਰਾਈਟਰ ਇਨ ਪੰਜਾਬੀ ਲੈਂਗੁਏਜ ਸੋ ਮੈਨੂੰ ਉਮੀਦ ਹੈ ਕਿ ਇਹ ਹੋਰ ਵੀ ਇਸੇ ਕਿਸਮ ਦੀ ਡਾਕੂਮੈਂਟਰੀ ਪੇਸ਼ ਕਰਨਗੇ ਔਰ ਹੋਰ ਵੀ ਇਹਨਾਂ ਦੀ ਜਿਹੜੀਆਂ ਵੀ ਡਾਕੂਮੈਂਟਰੀਜ਼ ਨੇ ਉਹ ਬੜੀਆਂ ਯਾਦਗਾਰੀ ਨੇ ਇਹਨਾਂ ਨੇ ਪੰਜਾਬ ਬਾਰੇ ਪੰਜਾਬ ਦੇ ਪਿੰਡ ਬਾਰੇ ਧਾਰਮਿਕ ਬਾਰੇ ਅੰਮ੍ਰਿਤਸਰ ਬਾਰੇ ਹੋਰ ਮੋਸਟ ਪ੍ਰੋਬੇਬਲੀ ਹੋਰ ਪੰਜਾਬ ਦੇ ਆਰਟਿਸਟਾਂ ਬਾਰੇ ਹੋਰ ਵੀ ਇਹ ਡਾਕੂਮੈਂਟਰੀ ਤਿਆਰ ਕਰਨਗੇ ਔਰ ਇਹਨਾਂ ਦੀਆਂ ਡਾਕੂਮੈਂਟਰੀ ਜਿਹੜੀਆਂ ਨੇ ਪੰਜਾਬ ਨੂੰ ਵਿਲ ਬੀ ਏ ਟ੍ਰਿਬਿਊਟ ਟੂ ਪੰਜਾਬ ਪੰਜਾਬ ਆਰਟਸ ਐਂਡ ਪੰਜਾਬ ਪੋਇਟਰੀ ਐਂਡ ਲਿਟਰੇਚਰ ਸੋ ਮੈਂ ਇਹਨਾਂ ਦਾ ਇਸ ਗੱਲ ਬੇਹੱਦ ਮਸ਼ਹੂਰ ਹੈ ਸੋ ਮੈਂ ਇਹਨਾਂ ਕਹਿੰਦਾ ਹੋਇਆ ਮੈਂ ਰਾਮਪੁਰ ਸਾਹਿਬ ਬਾਰੇ ਇਹਨਾਂ ਨੇ ਸੁਖਵਿੰਦਰ ਬਹੁਤ ਵਧੀਆ ਗੱਲਾਂ ਕੀਤੀਆਂ ਨੇ ਰਾਮਪੁਰੀ ਰਾਮਪੁਰ ਬਾਰੇ ਵੀ ਬਹੁਤ ਬਹੁਤ ਸ਼ੁਕਰੀਆ ਚੀਮਾ ਸਾਹਿਬ ਲਿਆਉਣ ਲਈ ਧੰਨਵਾਦ ਤੁਹਾਡਾ ਵੀ ਜੀ ਥੈਂਕ ਯੂ ਉਹ ਬੈਠ ਕੇ ਰਹਿਣਾ ਸਾਡੀ ਬਦਕਿਸਮਤੀ ਹੈ ਕਿ ਪੰਜਾਬੀ ਸਾਹਿਤ ਨੂੰ ਜਾਂ ਸੰਗੀਤ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਜਾਂਦੀ ਪਾਕਿਸਤਾਨ ਵਾਲਿਆਂ ਨੇ ਇੱਕ ਆਪਣਾ ਲੋਕ ਵਿਰਸਾ ਡਿਪਾਰਟਮੈਂਟ ਬਣਾਇਆ ਸੀ ਜਿਹਦੇ ਵਿੱਚ ਉਹ ਸਾਹਿਤਕਾਰਾਂ ਨੂੰ ਗਾਉਣ ਵਾਲਿਆਂ ਨੂੰ ਇੰਟਰਵਿਊ ਵੀ ਕਰਦੇ ਸੀ ਤਾਂ ਉਹ ਕੈਪਚਰ ਕਰਦੇ ਸੀ ਬਹੁਤ ਸਾਲ ਹੋਏ 80s ਦੀ ਗੱਲ ਹੈ ਕਿ ਸਾਡੇ ਇੱਥੇ ਪੰਜਾਬ ਦੇ ਇੱਕ ਮੰਤਰੀ ਸਾਹਿਬ ਆਏ ਸੀ ਅਤੇ ਮੈਂ ਉਹਨਾਂ ਨੂੰ ਸੁਜੈਸਟ ਕੀਤਾ ਕਿ ਜੇ ਲੋਕ ਵਿਰਸਾ ਪਾਕਿਸਤਾਨ 'ਚ ਬਣ ਸਕਦਾ ਅਤੇ ਲੋਕ ਵਿਰਸਾ ਸਾਡੇ ਡਿਪਾਰਟਮੈਂਟ ਪੰਜਾਬ 'ਚ ਕਿਉਂ ਨਹੀਂ ਬਣ ਸਕਦਾ ਜਿਸ ਵਿੱਚ ਅਸੀਂ ਜਿਹੜੀਆਂ ਸਾਡੀਆਂ ਫੋਕਲੋਰ ਸਭ ਤੋਂ ਗੁਆਚ ਰਹੀਆਂ ਨੇ ਹੁਣ ਸਾਡੀਆਂ ਧੀਆਂ ਨੂੰ ਸੁਹਾਗ ਸਿੱਠੀਆਂ ਨਹੀਂ ਆਉਂਦੀਆਂ ਅਸੀਂ ਬਾਜੀਗਰੀਆਂ ਕਿਰਾਏ 'ਤੇ ਲੈ ਕੇ ਆਉਂਦੇ ਉਹ ਚੀਜ਼ਾਂ ਸਾਂਭੀਆਂ ਰਹਿ ਸਕਣ ਐਟ ਦ ਸੇਮ ਟਾਈਮ ਜਿੱਦਾਂ ਯਮਲਾ ਜੀ ਸੁਰਿੰਦਰ ਜੀ ਜਾਂ ਹੋਰ ਵੱਡੇ ਵੱਡੇ ਗਵੀਏ ਜਾਂ ਕਵੀਸ਼ਰ ਹੋਏ ਨੇ ਉਹਨਾਂ ਨੂੰ ਵੀ ਵੀਡੀਓ ਰੂਪ 'ਚ ਕੈਪਚਰ ਕਰਕੇ ਇੱਕ ਆਰਕਾਈਵ ਬਣ ਜਾਏ ਤਾਂ ਕਿ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਉਹਨਾਂ ਨੂੰ ਵੇਖ ਸਕਣ ਸਮਝ ਸਕਣ ਅਤੇ ਮੈਂ ਇਹ ਵੀ ਆਫਰ ਕੀਤਾ ਸੀ ਜੀ ਕਿ ਮੈਂ ਰੋਟੀ ਜਦੋਂ ਮੇਰੇ ਕੋਲ ਪੈਸੇ ਨੇ ਸਿਰਫ ਸਾਜੋ ਸਮਾਨ ਤੁਸੀਂ ਬੰਦੋਬਸਤ ਕਰ ਦਿਓ ਉਹ ਮੈਨੂੰ ਕਹਿੰਦੇ ਕਾਕਾ ਜੇ ਤਾਂ ਕੋਈ ਚੰਡੀਗੜ੍ਹ ਪਲੋਟ ਲੈਣਾ ਹੈ ਤਾਂ ਆਪ ਇੰਨਾ ਗੱਲ ਤੈ ਲੋਕ ਵਿਰਸੇ ਦੇ ਕੀ ਲੈਣਾ ਸੋ ਇਹ ਹਾਲ ਹੈ ਸਾਡੇ ਸਰਕਾਰੀ ਦਰਬਾਰੀ ਲੋਕਾਂ ਹਾਂਜੀ ਤੋ ਜੋ ਵੀ ਵਨ ਮੈਨ ਬੈਂਡ ਕਲਸੀ ਭਾਜੀ ਦਾ ਕਾਬਲੇ ਤਾਰੀਫ ਹੈ ਇਹਦੇ 'ਚੋਂ ਨਿਕਲਦਾ ਪੈਂਦਾ ਤਾਂ ਕੁਛ ਨਹੀਂ ਸਮਾਂ ਜਾਈ ਜਾਂਦਾ ਕੋਈ ਵੇਲਾ ਸੀ ਇਸ ਸੰਸਥਾ ਬਣਨ ਤੋਂ ਪਹਿਲਾਂ ਸ਼ਾਇਦ ਇਕਬਾਲ ਜੀ ਯਾਦ ਹੋਵੇ ਅਸੀਂ ਮੇਰੇ ਘਰ 'ਚ ਅਸੀਂ ਬੇਸਮੈਂਟ 'ਚ ਆਪਣੇ ਕਰਦੇ ਸੀ ਚਾਹੇ ਉਹ ਗਾਂਧੀ ਸਾਹਿਬ ਸੀ ਵਿਰਕ ਸਾਹਿਬ ਸੀ ਸੇਖੋਂ ਸਾਹਿਬ ਸੀ ਇਸ ਸੰਸਥਾ ਨੇ ਬਹੁਤ ਅੱਛਾ ਕੰਮ ਕੀਤਾ ਮੈਂ ਕੱਲ੍ਹ ਪਰਸੋਂ ਇੱਕ ਅਖਬਾਰ ਦੇਖ ਰਿਹਾ ਸੀ ਦੋ ਚਾਰ ਹੋਰ ਸੰਸਥਾਵਾਂ ਪੰਜਾਬੀ 'ਚ ਪੁੰਗਰਦੀਆਂ ਨੇ ਮੈਨੂੰ ਮੈਂ ਕਿਹਾ ਅੱਡ ਅੱਡ ਹੋਣ ਦੀ ਕੀ ਲੋੜ ਯਾਰ ਇੱਕੋ ਨੂੰ ਸੋਲਿਡ ਅਤੇ ਕਾਮਯਾਬ ਕਰ ਲਓ ਤਾਂ ਚੰਗੀ ਗੱਲ ਹੈ ਇਹ ਮੇਰੀ ਆਲੋਚਨਾ ਨਹੀਂ ਹਰ ਬੰਦੇ ਨੂੰ ਆਪਣੀ ਮਰਜ਼ੀ ਨਾਲ ਜਿਉਣ ਦਾ ਹੱਕ ਹੈ ਰਾਮਪੁਰੀ ਸਾਹਿਬ ਤੇ ਬੜੀ ਖੂਬਸੂਰਤ ਵੀਡੀਓ ਮੈਂ ਕਿਹਾ ਤੁਸੀਂ ਪਤਾ ਉਦਘਾਟਨ ਕਰਾਉਣਾ ਮੈਂ ਥੋੜ੍ਹਾ ਜਿਹਾ ਸਭ ਤੋਂ ਪਹਿਲਾਂ ਮੈਂ ਕਲਸੀ ਜੀ ਨੂੰ ਬੇਨਤੀ ਕਰਦਾ ਕਿ ਉਹ ਵੀਡੀਓ ਲੈ ਕੇ ਆ ਦੇਣ ਸਟੇਜ ਦੇ ਉੱਤੇ ਇਹਨਾਂ ਦੀ ਤਮੰਨਾ ਹੈ ਕਿ ਜ਼ਿਰਵੀ ਸਾਹਿਬ ਜਿਹੜਾ ਇਸ ਵੀਡੀਓ ਨੂੰ ਰਿਲੀਜ਼ ਕਰ ਸੋ ਜ਼ਿਰਵੀ ਸਾਹਿਬ ਪਲੀਜ਼ ਨਾਲ ਹੀ ਮੈਂ ਬਰਾਮ ਸਿੰਘ ਸਿੱਧੂ ਹੋਰਾਂ ਨੂੰ ਬੇਨਤੀ ਕਰਾਂਗਾ ਪਲੀਜ਼ ਔਰ ਇੱਕ
ਹਾਂਜੀ ਕਬੀਰ ਪਾਠ ਜੀ ਅੱਗੇ ਜਾਓ ਕਬੀਰ ਪਾਠ ਜੀ ਮੇਰੀ ਖੁਸ਼ੀ ਕਿ ਮੈਂ ਜਿਉਂਦੇ ਕਵੀ ਦਾ ਰਿਲੀਜ਼ ਕਰਦੇ ਸਾਹਿਬ ਤੁਹਾਡੀ ਕਿਤਾਬ ਪੜ੍ਹ ਲਈ ਆਪਾਂ ਦੋ ਵਾਰ ਮੈਂ ਜਾ ਕੇ ਲੈ ਗਿਆ ਕਿਸੇ ਤੋਂ ਕਦਾਰ ਇਸ਼ਕ ਲਈ ਚੰਨ
ਜਿੱਥੇ ਰਾਮਪੁਰ ਸਾਹਿਬ ਨੇ ਆਪਣੀ ਜਿਹੜੀ ਜੀਵਨੀ ਨੂੰ ਪੇਸ਼ ਕੀਤਾ ਹੈ, ਉਨੇ ਹੀ ਪਿਆਰ, ਉਨੀ ਹੀ ਲਗਨ ਦੇ ਨਾਲ, ਉਨੀ ਖੂਬਸੂਰਤੀ ਦੇ ਨਾਲ ਕਲਸੀ ਹੋਰਾਂ ਨੇ ਉਹਨਾਂ ਉਸਨੂੰ ਵੀਡੀਓ ਦੇ ਵਿੱਚ ਕੈਦ ਕੀਤਾ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਫਿਲਮ ਕਾਫੀ ਦੇਰ ਦੀ ਬਣੀ ਹੋਈ ਸੀਗੀ, ਸ਼ੂਟ 1993 ਦੀ ਕੀਤੀ ਹੋਈ ਸੀ। ਕੁਛ ਜਿਹੜੇ ਇਹਦੇ ਵਿੱਚ ਸੀਗੇ ਚੀਜ਼ਾਂ, ਉਹ ਪੁਰਾਣੀਆਂ ਪਈਆਂ ਸੀਗੀਆਂ। ਇਕਬਾਲ ਮਾਨ ਨੇ ਮੈਨੂੰ 1993 'ਚ ਭੇਜਿਆ, ਜਦੋਂ ਮੈਂ ਇੰਡੀਆ ਇਹਦੇ ਨਾਲ ਗਿਆ ਸੀ, ਉਦੋਂ ਹੀ ਮੈਂ ਸ਼ੂਟ ਕੀਤਾ ਸੀ ਆਪਣੀ ਰਾਮਪੁਰ ਦੀ, ਉਦੋਂ ਦੀ ਸ਼ੂਟ ਸੀਗੀ। ਫਿਰ ਆ ਕੇ ਇੱਥੇ ਬਣਾਈ ਗਈ ਫਿਲਮ। ਇਹਦੇ ਵਿੱਚ ਕਮੀਆਂ ਵੀ ਹੋਣਗੀਆਂ, ਪਰ ਤੁਸੀਂ ਬੈਸਟ ਜੱਜ ਹੋ। ਜੇ ਕਿਸੇ ਨੂੰ ਕੋਈ ਸਵਾਲ ਆ ਤਾਂ ਉਹ ਮੈਨੂੰ ਕਰ ਲਓ, ਅਤੇ ਬਾਕੀ ਫਿਲਮ ਤੁਸੀਂ ਦੇਖ ਲਈ ਆ, ਇਹੀ ਕਰ ਪਾਏ ਹਾਂ। ਅਤੇ ਕੋਸ਼ਿਸ਼ ਹੁੰਦੀ ਆ ਐਂਟਰਟੇਨਮੈਂਟ ਵੀ ਹੋਵੇ। ਸਬਜੈਕਟ ਰੁੱਖਾ ਜਿਹਾ ਆ, ਪਰ ਮੈਂ ਸਮਝਦਾ ਹਾਂ ਵੀ ਜਿਹਦੇ ਜਿਹੜੇ ਸਾਡੇ ਸਾਹਿਤਕਾਰ ਕਲਾਕਾਰ ਆ, ਉਹਨਾਂ ਦੀ ਜੀਵਨੀਆਂ ਜੇ ਫਿਲਮਾਈਆਂ ਜਾਣ ਵੱਧ ਤੋਂ ਵੱਧ, ਇਹ ਬੜੀ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਲਈ ਬੜੀ ਲਾਹੇਵੰਦ ਹੋਏਗੀ। ਇਹ ਮੇਰਾ ਕਹਿਣਾ ਆ। ਬਾਕੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਜੋ ਕੰਮ ਕਰ ਰਹੇ ਹਾਂ ਉਹਨੂੰ ਤੁਸੀਂ ਸ਼ਲਾਘਾ ਦਿੰਦੇ ਹੋ, ਅਤੇ ਬਹੁਤਾ ਨਾ ਕਹਿੰਦਾ ਹੋਇਆ ਜੇ ਕੋਈ ਸਵਾਲ ਹੈ ਤਾਂ ਮੈਨੂੰ ਕਰੋ। ਬਹੁਤ ਮਿਹਨਤੀ ਬੰਦਾ, ਜਿੰਨਾ ਵੀ ਕੰਮ ਕੀਤਾ ਹੁਣ ਤੱਕ, ਬੇਗਰਜ਼ ਹੋ ਕੇ ਬਿਨਾਂ ਕਿਸੇ ਲਾਲਚ ਤੋਂ ਲੋਭ ਤੋਂ ਇਹਨੇ ਬਣਾਇਆ। ਹੋਰ ਵੀ ਕਾਫੀ ਸਾਰੀਆਂ ਨੇ ਬਣਾਈਆਂ ਡਾਕੂਮੈਂਟਰੀ, ਬਾਪੂ ਪਾਸ ਉੱਤੇ ਵੀ ਬਣਾਈ ਆ, ਜਲਦੀ ਜਲਦੀ ਉਹ ਵੀ ਆ ਰਹੀ ਹੈ। ਅਤੇ ਰਾਮਪੁਰੀ ਸਾਹਿਬ ਬੜੇ ਵੱਡੇ ਬੰਦੇ ਆ। ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ, ਇੱਥੇ ਵੀ ਪੰਜਾਬੀ ਦੇ ਵਿੱਚ ਮੈਂ ਹੁਣ ਮਹਿਸੂਸ ਕਰ ਰਿਹਾ ਪਿਛਲੇ 5-7 ਸਾਲ ਤੋਂ, ਪੰਜਾਬੀ ਦੇ ਵਿੱਚ ਸ਼ਾਇਰੀ ਬਹੁਤ ਫਿੱਕੀ ਹੋ ਗਈ, ਬੇਰਸ ਹੋ ਗਈ, ਰਸਹੀਣ ਹੋ ਗਈ। ਉਹਦਾ ਵੱਡਾ ਕਾਰਨ ਇੱਕ ਇਹ ਵੀ ਹੈ ਕਿ ਅਸੀਂ ਰਿਦਮ ਤੋਂ ਅਤੇ ਅਸੀਂ ਸੰਗੀਤ ਤੋਂ, ਲਿਰਿਕੈਲਿਟੀ ਤੋਂ ਦੂਰ ਹੋ ਗਏ। ਸਾਡੇ ਕਵੀਆਂ ਨੇ ਇਹ ਸਮਝ ਲਿਆ ਕਿ ਸਾਡੇ ਕੋਲ ਕਾਰ ਹੈ, ਨਾ ਇਹਦੇ 'ਚ ਬ੍ਰੇਕ ਹੈ, ਨਾ ਇਹਦਾ ਸਟੀਅਰਿੰਗ ਹੈ, ਨਾ ਸਾਡੇ ਮੂਹਰੇ ਕੋਈ ਰੈੱਡ ਲਾਈਟ ਹੈ। ਇਸ ਲਈ ਉਹ ਫਿਰ ਇੱਕ ਦੂਜੇ 'ਚ ਵੱਜਦੇ ਫਿਰਦੇ ਆ, ਅਤੇ ਜੋ ਕੁਝ ਉਹ ਲਾਈਨਾਂ ਦੀਆਂ ਲਹੂ ਦੀਆਂ ਆਉਂਦੀਆਂ, ਉਹ ਉਹਨਾਂ ਦੀ ਕਵਿਤਾ ਬਣ ਜਾਂਦੀ ਹੈ। ਮੈਨੂੰ ਇਸ ਗੱਲੋਂ ਵੀ ਇਹ ਵਧੀਆ ਲੱਗਦਾ ਗੁਰਚਰਨ ਰਾਮਪੁਰੀ, ਕਿ ਇਹਨੇ ਜ਼ਿੰਦਗੀ ਵਿੱਚੋਂ ਰਿਦਮ ਨੂੰ ਆਪਣੀ ਕਵਿਤਾ ਵਿੱਚੋਂ ਮੁੱਕਣ ਨਹੀਂ ਦਿੱਤਾ। ਅਤੇ ਜ਼ਿੰਦਗੀ ਵਿੱਚ ਵੀ ਰਿਦਮ ਹੋਣਾ ਬਹੁਤ ਜ਼ਰੂਰੀ ਆ, ਸਾਰੀ ਕਾਇਨਾਤ ਰਿਦਮ ਵਿੱਚ ਚੱਲਦੀ ਹੈ। ਸੋ ਮੈਂ ਜੋਗਿੰਦਰ ਨੂੰ ਇੱਕ ਵਾਰੀ ਫਿਰ ਮੁਬਾਰਕਬਾਦ ਦਿੰਦਾ। ਸਾਡੀ ਟੀਮ ਜਿਹੜੇ ਮੇਰੇ ਨਾਲ ਹਮੇਸ਼ਾ ਰਹਿੰਦੇ ਆ, ਇਕਬਾਲ ਮਾਲ, ਜਸਵੀਰ, ਹੰਸਪਾਲ, ਦੀਦਾਰ ਸਿੰਘ, ਜਾਵੇਦ ਮੁਗਲ, ਇਹ ਸਾਰੇ ਇੱਥੇ ਆ ਜਾਣ, ਤੁਹਾਨੂੰ ਦਰਸ਼ਨ ਕਰਾ ਦੇਈਏ ਮੇਰੀ ਟੀਮ ਦੇ, ਜਿਹੜੇ ਮੇਰੇ ਨਾਲ ਹਮੇਸ਼ਾ ਹੀ ਰਹਿੰਦੇ ਆ। ਇਸ ਤੋਂ ਉਪਰੰਤ ਜਿਹੜੇ ਸਾਡੇ ਸਪੋਂਸਰ ਆ, ਇਹ ਨੁਕਤਾਚੀਨੀ ਇਹਨਾਂ ਤੋਂ ਕਰਵਾਈ ਦੀ ਆ, ਆਪਣੇ ਦੀਦਾਰ ਸਿੰਘ, ਜਾਵੇਦ ਮੁਗਲ, ਜਸਵੀਰ ਸਿੰਘ, ਕਿੱਥੇ ਹੰਸਪਾਲ ਜੀ, ਉਹਨੇ ਬਣਾ ਰਹੇ ਸੀ, ਚਲੋ ਕੋਈ ਨਹੀਂ। ਇਸ 'ਤੇ ਮੈਂ ਹੁਣ ਕਹਾਂਗਾ, 3 ਸਾਡੇ ਸਪੋਂਸਰ ਆ, ਉਹਨਾਂ 'ਚੋਂ ਇੱਕ ਸੁਰੇਸ਼ ਜੀ ਭਾਈ ਆ ਜਾਓ, ਅਤੇ ਆਪਣੇ ਤੁਸੀਂ ਵੀ ਆ ਜਾਓ, ਬਲਦੇਵ ਜੀ ਆ ਜਾਓ, ਨਾਲ ਰਾਣੀ ਨੂੰ ਮਿਲਾਇਆ ਉਹ ਕਹਾਂ। ਸ਼ਬਦ ਸਪੋਂਸਰ ਵਰਤਦੇ ਇਹ ਉਹ ਵੀਰ ਨੇ ਜਿਹੜਾ ਇਹਨਾਂ ਦਾ ਮਾਇਆ ਲੱਗਦੀ ਹੈ ਨਾ ਜੀ, ਇਹ ਦਵਾਨੀ ਚਵਾਨੀ ਜੋ ਵੀ ਹੈ ਸਭ ਕੁਛ ਇਕੱਠਾ ਕਰਕੇ ਲੋਕ ਹੈਲਪ ਕਰਦੇ। ਬਹੁਤ ਅੱਛਾ, ਇੱਕੋ ਤਾਂ ਹਾਂਜੀ, ਇਹ ਇਹਨਾਂ ਨੂੰ ਸਾਡੇ ਜਿਹੜੇ ਹੈਗੇ ਆ ਸਾਊਂਡ ਇੰਜੀਨੀਅਰ, ਇਹਨਾਂ ਨੂੰ ਵੀ ਭੇਟ ਕਰਦੇ। ਬਹੁਤ ਬਹੁਤ ਧੰਨਵਾਦ ਖਹਿਰਾ ਸਾਹਿਬ।
ਉਹ ਟੀਮ ਹੈ ਜਿਹੜੀ ਵਰਕ ਕਰਦੀ ਹੈ ਪੂਰੀ ਟੀਮ ਹੈ ਅਤੇ ਮੈਂ ਬਹੁਤ ਰਿਣੀਆਂ ਕਲਮਾਂ ਦੇ ਕਾਫਲੇ ਦਾ ਜਿਨ੍ਹਾਂ ਨੇ ਇਹ ਆਯੋਜਿਤ ਕੀਤਾ ਬਹੁਤ ਬਹੁਤ ਧੰਨਵਾਦੀ ਹਾਂ ਅਤੇ ਹੋ ਸਕਦਾ ਅਗਲੀਆਂ ਫਿਲਮਾਂ ਵੀ ਇਹਨਾਂ ਰਾਈਟਰਾਂ ਦੀਆਂ ਇੱਥੇ ਹੀ ਰਿਲੀਜ਼ ਹੋਣ ਅਤੇ ਬਹੁਤ ਇੱਕ ਵਾਰੀ ਫਿਰ ਧੰਨਵਾਦ ਥੈਂਕ ਯੂ ਬਹੁਤ ਬਹੁਤ ਕਲਸੀ ਸਾਹਿਬ ਦਾ ਜਿੱਥੇ ਮੈਂ ਇਹੋ ਜਿਹੀ ਸ਼ਾਨਦਾਰ ਡਾਕੂਮੈਂਟਰੀ ਬਣਾਉਣ ਲਈ ਧੰਨਵਾਦੀ ਹਾਂ ਉੱਥੇ ਇਸ ਗੱਲ ਲਈ ਵੀ ਧੰਨਵਾਦੀ ਹਾਂ ਕਿ ਇਹਨਾਂ ਨੇ ਕਾਫਲੇ ਨੂੰ ਇਸ ਸਮਾਗਮ ਦਾ ਹਿੱਸਾ ਬਣਾਇਆ ਔਰ ਕਾਫਲੇ ਨੂੰ ਮਾਣ ਬਖਸ਼ਿਆ ਕਿ ਅਸੀਂ ਕਾਫਲੇ ਵੱਲੋਂ ਅੱਜ ਇਸ ਡਾਕੂਮੈਂਟਰੀ ਨੂੰ ਰਿਲੀਜ਼ ਕਰ ਸਕੀਏ ਬਹੁਤ ਬਹੁਤ ਧੰਨਵਾਦ